आप सभी को मेरा सादर जय जिनेन्द्र। आत्मा चैनल पर प्रसारित धार्मिक समाचार देखने वाले सभी दर्शकों का मैं अभिनंदन फिर एक बार तहे दिल से स्वागत करता हूँ। आज के धार्मिक व सामाजिक समाचार कुछ इस प्रकार हैं। माता सुरजीत कौर की याद में उनके परिवार द्वारा चौथा वार्षिक आंखों का फ्री मेडिकल कैंप लगाया गया। इस दौरान माही डॉक्टरों की टीम द्वारा मरीजों की आंखों की निरीक्षण की गई और उन्हें फ्री दवाइयाँ भी दी गई। ਇਹ ਸਾਡੇ ਦਾਦੀ ਜੀ ਸਰਦਾਰਨੀ ਸੁਰਜੀਤ ਕੌਰ ਦੀ ਯਾਦ ਵਿੱਚ ਕਰਾਇਆ। ਇਹ ਸਾਡਾ ਚੌਥਾ ਸਾਲਾਨਾ ਕੈਂਪ ਆ ਜਿਹਨੂੰ ਅਸੀਂ ਲੜੀਵਾਰ ਅੱਗੇ ਤੋਂ ਅੱਗੇ ਚਲਾਉਂਦੇ ਰਹਾਂਗੇ। ਇੱਥੇ ਤਕਰੀਬਨ ਸਾਡੇ ਅਕੋਰਡਿੰਗ 200 ਬੰਦੇ ਦਾ ਚੈੱਕਅਪ ਆ ਜੀ, ਜਿਨ੍ਹਾਂ ਵਿੱਚੋਂ ਨੀਅਰ ਅਬਾਊਟ 15 ਕੁ ਬੰਦੇ ਹਜੇ ਓਪਰੇਸ਼ਨ ਲਈ ਕੱਢ ਲਏ ਨੇ, ਬਾਕੀ ਹਜੇ ਚੈੱਕਅਪ ਚੱਲ ਰਿਹਾ ਵਾ। ਜਿਸ ਦੌਰਾਨ ਦੁਪਹਿਰ ਤੱਕ 4-450 ਦੇ ਕਰੀਬ ਸਾਨੂੰ ਲੱਗਦਾ ਜੋ ਪੇਸ਼ੈਂਟ ਆਉਣਗੇ, ਅਤੇ ਵੱਧ ਤੋਂ ਵੱਧ ਜਿੰਨੇ ਵੀ ਹੋਏ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ। ਅਤੇ ਉਹਨਾਂ ਦਾ ਆਪਰੇਸ਼ਨ 7 ਤਰੀਕ ਨੂੰ ਡਾਕਟਰ ਨਵਜੋਤ ਚਿੱਗ ਦੇ ਹੋਸਪਿਟਲ ਮੋਲਟਨ ਅਪਜੜ ਦੀ ਹੋਸਪਿਟਲ ਦੇ ਉੱਥੇ ਕਰਾਇਆ ਜਾਊਗਾ। ਅਤੇ ਕਿਉਂਕਿ ਅਸੀਂ ਹਰ ਸਾਲ ਕਰਾਉਂਦੇ ਹਾਂ, ਜਿਹਦੇ ਵਿੱਚ ਕਿ ਦਵਾਈਆਂ ਤੋਂ ਲੈ ਕੇ ਐਨਕਾਂ ਤੱਕ ਸਾਰਾ ਕੁਛ ਮੁਫਤ ਆ, ਜਿਹਦੇ ਵਿੱਚ ਕਿਸੇ ਤੋਂ ਅਸੀਂ 1 ਰੁਪਏ ਚਾਰਜ ਨਹੀਂ ਕਰਦੇ। ਆਪਰੇਸ਼ਨ ਦਾ ਸਾਰਾ ਖਰਚਾ ਤੁਹਾਡੇ ਵੱਲੋਂ? ਸਾਰਾ ਖਰਚਾ ਸਾਡੇ ਪਰਿਵਾਰ ਵੱਲੋਂ ਆ ਜੀ। ਰਹਿਣ ਦਾ ਖਰਚਾ ਜੇ ਛੱਡਣ ਆਉਣ, ਛੱਡਣ ਆਉਣ ਲੈਣ ਦਾ ਵੀ ਜੇ ਕੋਈ ਲੋੜ ਪੈਂਦਾ ਅਸੀਂ ਉਹਨੂੰ ਦੇ ਦਿੰਦੇ ਹਾਂ, ਜਿਹਨਾਂ ਕੋਲ ਸਾਧਨ ਉਹ ਅਗਲੇ ਆਪੇ ਆ ਜਾਂਦਾ ਜੀ। ਇਹ ਜੀ ਜਿਹੜਾ ਅੱਜ ਸਰਦਾਰ ਸੁਖਦੇਵ ਸਿੰਘ ਖੰਗੂੜਾ, ਜਤਿੰਦਰ ਸਿੰਘ ਖੰਗੂੜਾ, ਰੂਬੀ ਨੇ ਸਾਡੇ, ਇਹ ਛੋਟਾ ਨਾਂ ਰੂਬੀ ਇਹਨਾਂ ਦਾ, ਗੁਰਸੇਵਕ ਸਿੰਘ ਨੇ, ਮੈਂ JP ਸਿੰਘ, ਅਸੀਂ ਇਹ ਜਿਹੜਾ ਕੈਂਪ ਹੈਗਾ ਇਹ ਹਰ ਸਾਲ ਹੀ ਔਰਗੇਨਾਈਜ਼ ਕਰ ਰਹੇ ਹਾਂ ਅਤੇ ਇਹ ਚੌਥਾ ਕੈਂਪ ਹੈ ਸਾਡਾ ਜਿਹਦੇ ਵਿੱਚ ਅਸੀਂ ਅੱਖਾਂ ਦੇ ਚੈੱਕਅਪ ਕਰ ਰਹੇ ਹਾਂ। ਚੈੱਕਅਪ ਦੇ ਨਾਲ ਹੀ ਸਰਜਰੀ, ਇਹ ਬੜੇ ਬਿਲਕੁਲ ਆਲਾ ਦਰਜੇ ਦਾ ਜਿਹੜਾ ਇਹ ਕੰਮ ਹੈਗਾ ਅੱਖਾਂ ਦੇ। ਜਿਹੜੇ ਆਮ ਕੈਂਪਾਂ ਦੇ ਲੋਕਾਂ ਦੇ ਵਿੱਚ ਇਹ ਹੁੰਦਾ ਵੀ ਕੈਂਪਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਦੀ ਚੈੱਕਅਪ ਹੁੰਦਾ ਹੋਊਗਾ, ਕਿੱਦਾਂ ਦੀਆਂ ਸਰਜਰੀਜ਼ ਹੁੰਦੀਆਂ। ਇਹ ਟੋਟਲ ਲੁਧਿਆਣਾ ਦੇ ਟੌਪ ਦੇ ਸਰਜਨ ਨੇ ਡਾਕਟਰ ਨਵਜੋਤ ਸਿੰਘ ਚੁੱਗ, ਉਹ ਫੇਕੋ ਸਰਜਰੀ ਕਰਨਗੇ। ਟੋਟਲ ਉਹਦਾ ਜਿੰਨਾ ਵੀ ਖਰਚਾ ਹੈਗਾ ਉਹ ਅਸੀਂ ਆਪਣੇ ਵੱਲੋਂ ਬੇਅਰ ਕਰਾਂਗੇ, ਉਹਨਾਂ ਦਾ ਚਾਹੇ ਦਵਾਈਆਂ ਦਾ ਖਰਚਾ, ਚਾਹੇ ਉਹਨਾਂ ਦਾ ਐਨਕਾਂ ਦਾ ਖਰਚਾ, ਚਾਹੇ ਜਿਸ ਤਰ੍ਹਾਂ ਭਾਈ ਸਾਹਿਬ ਪੁੱਛ ਰਹੇ ਸੀ ਕੋਈ ਟਰਾਂਸਪੋਰਟ ਦੀ ਲੋੜ ਵੀ ਪਈ, ਜੇ ਕਿਸੇ ਨੂੰ ਘਰੋਂ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ, ਉਹਨਾਂ ਨੂੰ ਛੱਡ ਕੇ ਵੀ ਆਵਾਂਗੇ। ਅਤੇ ਇਹ ਜਿਹੜਾ ਕੁਆਲਿਟੀ ਹੈ ਸਰਜਰੀ ਦੀ ਇਹ ਬੈਸਟ ਆ, ਇਹ ਟਾਂਕੇ ਵਾਲਾ ਓਪਰੇਸ਼ਨ ਨਹੀਂ ਹੈਗਾ। ਇਹ ਅੱਜ ਦੀ ਜਿਹੜੀ ਲੇਟੈਸਟ ਮਸ਼ੀਨਾਂ ਨੇ, ਕੋਈ 50 ਲੱਖ ਰੁਪਏ ਦੀ ਇੱਕ ਮਸ਼ੀਨ ਆਉਂਦੀ ਹੈ। ਲੁਧਿਆਣਾ ਸੇ ਕੈਮਰਾਮੈਨ ਬਲਵਿੰਦਰ ਕੇ ਸਾਥ ਅਭਿਨੰਦਨ ਕੀ ਰਿਪੋਰਟ। ਆਈਏ ਬੈਠਦੇ ਹੈ ਅਗਲੇ ਸਮਾਚਾਰ ਕੀ ਓਰ। ਗਿਆਨਾਚਾਰਿਆ ਸ਼੍ਰੀਮਦ ਵਿਜੇ ਜੈਨ ਸਰੋਜਵਰ ਜੀ ਮਹਾਰਾਜ ਸਾਹਿਬ ਏਵਮ ਸੁਕ੍ਰਿਤ ਪ੍ਰਵੀਨ ਮੁਨੀ ਸ਼੍ਰੀ ਜੈ ਕੀਰਤੀ ਵਿਜੇ ਜੀ ਮਹਾਰਾਜ ਸਾਹਿਬ ਕਾ ਮੈਸੇਜ SN ਔਸਫਲ ਇੰਟਰਪ੍ਰਾਈਸਿਸ ਸ਼੍ਰੀ ਸੁਭਾਸ਼ ਜੈਨ ਕਮਲ ਜੈਨ ਕਿਡੀ ਕ੍ਰੇਜ ਸੁੰਦਰਨਗਰ ਵਾਲੋਂ ਕੇ ਘਰ ਪਰ ਧਾਰਨਾ ਹੁਆ। ਇਸ ਮੌਕੇ ਪਰ ਸਭੀ ਭਕਤੋਂ ਦੁਆਰਾ ਮਹਾਰਾਜ ਸਾਹਿਬ ਕਾ ਬੜੇ ਹਰਸ਼ੋ ਉਲਾਸ ਕੇ ਸਵਾਗਤ ਕੀਤਾ ਗਿਆ। ਬੋਲੀ ਸ਼ਾਂਤੀਨਾਥ ਭਗਵਾਨ ਕੀ ਜੈ, ਬੋਲੀ ਵਿਜੇ ਵੱਲਭ ਸੁਰੀ ਮਹਾਰਾਜ ਕੀ ਜੈ। ਗੋੜਵਾੜ ਭੂਸ਼ਣ ਸਵਰਣ ਸੰਤ ਗਿਆਨ ਪ੍ਰਭਾਕਰ ਭੋਲੇ ਬਾਬਾ ਆਚਾਰਿਆ ਭਗਵੰਤ ਸ਼੍ਰੀਮਦ ਵਿਜੇ ਨਿਤਿਆਨੰਦ ਸੁਰੇਸ਼ਵਰ ਜੀ ਮਹਾਰਾਜ, ਨੂਰਵਾਲਾ ਰੋਡ ਸਥਿਤ ਮਨੋਵਾਂਛਿਤ ਪਾਰਸ਼ਨਾਥ ਜੈਨ ਮੰਦਿਰ ਮੇ ਭਵਯ ਜਨਮ ਮਹੋਤਸਵ ਸਹਿਤ ਪਦਮਾਵਤੀ ਮਾਤਾ ਕਾ ਜਾਗਰਣ ਸੰਪੰਨ ਕਰਕੇ ਅੱਜ ਪ੍ਰਾਤਃ ਸ਼੍ਰੀਮਾਨ ਸੁਭਾਸ਼ ਜੀ ਜੈਨ, ਕਮਲ ਕੁਮਾਰ ਜੀ ਜੈਨ ਪਰਿਵਾਰ ਕੇ ਨਿਵਾਸ ਸਥਾਨ ਪਰ ਸੁੰਦਰ ਨਗਰ ਮੈਂ ਪਧਾਰੇ। ਯਹਾਂ ਪਰ ਇਸ ਅੱਜ ਯਹਾਂ ਪਰ ਕਾਫੀ ਭਕਤੋਂ ਕੀ ਆਨਾ ਜਾਣਾ ਲਗਾ ਰਹਾ ਔਰ ਸਭ ਕੀ ਖੂਬ ਅੱਛੇ ਢੰਗ ਸੇ ਸਾਧਰਮਿਕ ਭਕਤੀ ਇਹ ਪਰਿਵਾਰ ਕਰਤਾ ਰਹਾ। ਇਸੀ ਤਰ੍ਹਾਂ ਸੇ ਗੁਰੂਓਂ ਕੇ ਪ੍ਰਤੀ, ਸਮਾਜ ਕੇ ਪ੍ਰਤੀ ਇਹ ਆਪਣਾ ਇਸੀ ਤਰ੍ਹਾਂ ਸੇ ਦਾਇਤਵ ਨਿਭਾਤੇ ਰਹੇ। ਇਸੀ ਮੰਗਲਮੈ ਭਾਵਨਾ ਕੇ ਸਾਥ ਬੋਲੀ
शांतिनाथ भगवान की जय। बोले गच्छाधिपति आचार्य नित्यानंद सूरी महाराज की जय। पूज्य गुरुदेव यहाँ से विहार करके विजय इंद्रनगर होते हुए पूज्य गुरुदेव दोराहा वनस्थली इत्यादि के सभी जगह विचरण करते हुए बादशो नाभा होते हुए समाणा पधार रहे हैं। समाणा में पूज्य गुरुदेव की निश्रा में 14 अप्रैल की महामंगलकारी संक्रांति का कार्यक्रम एवं स्वर्ण मुकुट चढ़ाने का कार्यक्रम वहां पर शांतिनाथ भगवान के दरबार में रहेगा। फिर वहां से पूज्य गुरुदेव सरिंद होते हुए आगरा चातुर्मास के लिए पधारेंगे। लुधियाना से कैमरन बलविंदर के साथ अभिनंदन की रिपोर्ट। न्यू यंग फाइव स्टार क्लब की तरफ से श्रवण भगवान के 2618वें जन्म कल्याण के उपलक्ष में 17वां रक्तदान शिविर का आयोजन 17 अप्रैल को किया जा रहा है, जिसके उपलक्ष में आज सभी मेंबर्स की तरफ से एक प्रेस वार्ता का आयोजन किया गया। भगवान महावीर जयंती वाले दिन हम लुधियाना की 70 से 75 NGO मिलकर सहयोग दें और कर इस कैंप को कामयाब करेंगे। जय जिनेंद्र। 1999 से मानवता की सेवा में निर्मित न्यू यंग फाइव स्टार क्लब भोले बाबा रतन मुनि जैन युवा संघ माँ वैष्णो देवी चैरिटेबल हॉस्पिटल के सहयोग से भगवान महावीर जयंती वाले दिन 17 अप्रैल 2019 किंग पैलेस सुंदरनगर में एक विशाल महायज्ञ होने जा रहा है, जिसमें आज हम चौड़ा बाजार शॉपकीपर एसोसिएशन के प्रधान श्री हैप्पी कालड़ा और उनकी समस्त टीम को इन्विटेशन देने आए हैं कि इस शॉपकीपर एसोसिएशन के ज़्यादा से ज़्यादा सदस्य इस ब्लड कैंप में आकर रक्तदान करें, ताकि थैलीसीमिया से जो बच्चे ग्रस्त हैं, हमने ये जो आज का कैंप ऑर्गेनाइज कर रहे हैं ये थैलीसीमिया पीड़ित बच्चों के लिए है, कि इसमें थैलीसीमिया पीड़ित बच्चों के लिए ही रक्त इकट्ठा कर रहे हैं, क्योंकि थैलीसीमिया वो बीमारी है जिसमें हर 15 दिन बाद बच्चे का खून चेंज होता है और हम एक बार सुई लगाते हैं तो इतना दर्द होता है, जिस बच्चे को 15 दिन बाद सुई लगती है 4 घंटे में उसका सारा ब्लड चेंज होता है, तो आप वो देखो वो कितनी तकलीफ सह रहा है। इसके लिए ही ये कैंप है। मेरी तमाम लुधियाना निवासियों से और चौड़ा बाजार शॉपकीपर एसोसिएशन के सदस्यों से बेनती है कि इस कैंप में 17 अप्रैल 2019 दिन बुधवार को सुबह 9 से 5 बजे तक आकर ब्लड डोनेट करें। जय जिनेंद्र। जय जिनेंद्र। जय महावीर। 1999 तो मानवता की सेवा करते हुए साडे संस्था न्यू यंग फाइव स्टार क्लब वालों शहर दी 75 संस्था मिलकर 17 तरीक नूं 17वां विशाल रक्तदान कैंप महावीर जयंती के उपलक्ष्य लगाया जा रहा है, जिदे च शहर दियां 70 तो 75 संस्था मिलकर इस कैंप नूं कामयाब कर दियां ने। तो मेरी सारे लुधियाने वासियां नूं ये बेनती है भी तुसीं सारे अपने दोस्तां मित्रां नाल इस महाकुंभ दे विच आओ ते रक्तदान करो। मैं इक्को ही संदेश देना चाहुंदा सारिआं नूं, एक ऐलान करना चाहना है, मानवता की स्टेज से आज हमको करना है यह ऐलान, समय समय पर हम करते रहें जरूरतमंदों के लिए रक्तदान। जय महावीर। लुधियाना से कैमरामैन गोल्डी के साथ अभिनंदन की रिपोर्ट। आइए बाबू को लेकर चलते हैं खन्ना की ओर। खन्ना में आज लोकसभा चुनाव के मद्देनजर अकाली दल की तरफ से एक रैली का आयोजन किया गया, जिसमें अकाली दल के अध्यक्ष सुखबीर सिंह बादल ने वर्करों को संबोधित किया और इस दौरान लोकसभा हल्का फतेहगढ़ साहिब से अकाली दल और भाजपा के उम्मीदवार दरबारा सिंह गुरु के नाम की भी घोषणा की। बदला लेना चाहते बदला तुम ले सकते करूंगा कदे व्यापारी की गल नहीं करूंगा जदो जदो गल करूंगा मेरे
ਪਿਛਾ ਬਾਦਲ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਦਾਰ ਬਿਕਰਮ ਸਿੰਘ ਮਜੀਠੀਆ ਯੂਥ ਵਿੰਗ ਦੇ ਪ੍ਰਧਾਨ, BJP ਦੀ ਸਮੂਹ ਲੀਡਰਸ਼ਿਪ ਔਰ ਫਤਿਹਗੜ੍ਹ ਸਾਹਿਬ ਹਲਕੇ ਦੇ ਸਾਰੇ ਹਲਕਾ ਸੇਵਾਦਾਰ, ਸਾਰੀ ਲੀਡਰਸ਼ਿਪ, ਸਾਰੇ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਫੀਡਬੈਕ ਦਿੱਤੀ ਮੇਰੇ ਬਾਰੇ ਚੰਗਾ ਬੋਲਿਆ, ਔਰ ਬਹੁਤ ਧੰਨਵਾਦ ਸਾਰੀ ਸੰਗਤ ਦਾ। ਔਰ ਅਸੀਂ ਡਟ ਕੇ ਅੱਗੇ ਜਿਹੜਾ ਹੈ ਵਿਕਾਸ ਕਰਾਂਗੇ, ਜਿਹੜੀਆਂ ਸਿਹਤ ਸਹੂਲਤਾਂ ਨੇ, ਵਿੱਦਿਅਕ ਸਹੂਲਤਾਂ ਨੇ, ਉਹਨਾਂ ਬਾਰੇ ਸੋਚਾਂਗੇ। ਗਰੀਬਾਂ ਬਾਰੇ ਜਿਹੜਾ ਹੈ ਇਹਨਾਂ ਨੇ ਸਾਰੀਆਂ ਸਕੀਮਾਂ ਬੰਦ ਕੀਤੀਆਂ, ਉਹਨਾਂ ਦਾ ਵੀ ਖਿਆਲ ਰੱਖਾਂਗੇ, ਨੌਜਵਾਨਾਂ ਦਾ ਵੀ ਖਿਆਲ ਰੱਖਾਂਗੇ। ਔਰ ਜਿਹੜਾ ਅੱਜ ਇਹ ਪਹਿਲੀ ਰੈਲੀ ਸੀਗੀ ਤਲਵੰਡੀ ਸਾਹਿਬ ਦੀ ਪ੍ਰਧਾਨਗੀ ਦੇ ਥੱਲੇ, ਇਹਨਾਂ ਨੇ ਆਯੋਜਿਤ ਕੀਤੀ ਸਾਰੇ ਵਰਕਰਾਂ ਦੇ ਨਾਲ ਮਿਲ ਕੇ, ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਬਹੁਤ ਉਤਸ਼ਾਹ ਜਿਹੜਾ ਵਰਕਰਾਂ ਦੇ ਵਿੱਚ ਸੀ। ਰੱਖੜਾ ਸਾਹਿਬ ਹੈਗੇ ਪਟਿਆਲੇ ਤੋਂ, ਅਤੇ ਅਟਵਾਲ ਸਾਹਿਬ ਤਾਂ ਤੁਹਾਨੂੰ ਪਤਾ ਹੀ ਹੈ ਉੱਥੋਂ ਆਪਣੇ ਜਲੰਧਰੋਂ ਹੈ, ਚੰਦੂਮਰਾ ਸਾਹਿਬ ਅਨੰਦਪੁਰ ਸਾਹਿਬ ਤੋਂ ਹੈ, ਅਤੇ ਇੱਕ ਹੋਰ ਹੈ ਮੈਨੂੰ ਹਲੇ ਪਾਰਟੀ ਨੇ ਫੈਸਲਾ ਕਰਨਾ ਹੈ। ਸੁਖੀ ਰੰਧਾਵਾ ਸਾਰੇ ਡਰਾਮੇ ਕਰੀ ਜਾਂਦਾ, ਮੈਂ ਉਹਦੇ ਪਰ ਕੀ ਕਰਾਂ, ਉਹ ਮੈਂਟਲ ਹੋਇਆ ਬੰਦਾ। ਮੈਂ ਕਹਿਣਾ ਚਾਹੁੰਦਾ ਲਾਅ ਐਂਡ ਆਰਡਰ ਬਿਲਕੁਲ ਖਰਾਬ ਹੈ। ਸਾਡੇ ਨੌਜਵਾਨ ਯੂਥ ਅਕਾਲੀ ਦਲ ਦੇ ਵਰਕਰ ਨੂੰ ਇੱਥੇ ਮਾਰਿਆ ਗਿਆ, ਦੋਸ਼ੀ ਨਹੀਂ ਫੜੇ ਗਏ। ਆ ਬੀਬੀ ਨੂੰ ਉੱਥੋਂ ਡਰੱਗ ਇੰਸਪੈਕਟਰ ਨੂੰ ਗੋਲੀ ਮਾਰਤੀ, ਕੋਈ ਪਰਵਾਹ ਨਹੀਂ ਕਿਸੇ, ਕੋਈ ਡਰ ਨਹੀਂ ਕਿਸੇ ਨੂੰ। ਹਾਲਾਤ ਕੀ ਇੱਥੇ, ਪੰਜਾਬ ਮੁੱਖ ਮੰਤਰੀ ਸੁੱਤਾ ਪਿਆ, ਘਰੇ ਪਿਆ, ਸੁੱਤਾ ਪਿਆ। ਮੁੱਖ ਮੰਤਰੀ ਦਾ ਕੰਮ ਨਿਕਲੇ ਮੈਦਾਨ ਦੇ ਆ ਗਏ, ਕੋਈ ਨਹੀਂ ਨਿਕਲਦਾ, ਪਰਵਾਹ ਨਹੀਂ। ਇੱਕ ਜੀ ਵਰਦੀਆਂ ਦੀ ਗੱਲ ਕਰੀ ਤਾਂ ਛੋਟੇ ਬੱਚਿਆਂ ਨੂੰ ਸਿਆਲ ਵੀ ਲੰਘ ਚੁੱਕੇ ਨੇ ਹੁਣ ਵਰਦੀਆਂ। ਮੈਂ ਉਹੀ ਕਹਿ ਰਿਹਾ, ਮੈਂ ਕਿਹਾ ਸਿਆਲ ਦੀਆਂ ਵਰਦੀਆਂ ਹੁਣ ਦੇਣਾ ਚਾਹੁੰਦੇ ਹਾਂ। ਮੈਂ ਕਹਿੰਦਾ ਤਾਂ ਹੀ ਕਹਿੰਦਾ ਦਿਮਾਗ ਖਿਲਿਆ ਪਿਆ, ਇਹਨੂੰ ਪਤਾ ਹੀ ਨਹੀਂ ਕਿ ਗਰਮੀ ਕਦੋਂ ਆ ਕਿ ਸਰਦੀ ਕਦੋਂ ਆ। ਮੈਂ ਇਹ ਕਹਿਣਾ ਕਿ ਅੱਜ ਅਖਬਾਰਾਂ 'ਚ ਵੀ ਆਇਆ 6 ਕਰੋੜ ਰੁਪਏ ਗਾਇਬ ਹੈ, ਕਿੱਥੇ ਗਿਆ? ਪੁਲਿਸ ਦੇ ਜਵਾਬਦੇਹੀ ਹੋਣੀ ਚਾਹੀਦੀ ਹੈ। ਜਿੰਨਾ ਪੈਸਾ ਫੜਿਆ ਗਿਆ ਅਕਾਊਂਟ ਹੋਇਆ, ਇਹਦਾ ਮਤਲਬ ਜਿੰਨੇ ਮਰਜ਼ੀ ਜਾਣਗੇ ਪੈਸਾ ਕਰਕੇ ਅੱਧਾ ਆਪਣੀ ਕੋਲ ਰੱਖੀ ਜਾਣਗੇ। ਲੋਕ ਸਭਾ ਚੋਣਾਂ 'ਚ ਕੀ ਰਣਨੀਤੀ ਰਹਿ ਗਈ ਅਕਾਲੀ ਦਲ ਦੀ? ਕਾਂਗਰਸ ਨੇ ਬਰਬਾਦ ਕੀਤਾ ਪੰਜਾਬ, ਪੰਜਾਬ ਨੂੰ ਬਚਾਉਣ ਵਾਸਤੇ ਕਾਂਗਰਸ ਨੂੰ ਬਚਾਓ। ਖੰਨਾ ਸੇ ਪ੍ਰਭਜੋਤ ਭੱਟੀ ਕੀ ਰਿਪੋਰਟ। ਆਜ ਲੁਧਿਆਣਾ ਕੇ PU ਐਕਸਟੈਂਸ਼ਨ ਲਾਇਬ੍ਰੇਰੀ ਮੇਂ ਹਰਕੀਰਤ ਕੌਲ ਚਾਹਲ ਦੁਆਰਾ ਲਿਖੀ ਗਈ ਪੁਸਤਕ ਆਦਮ ਗ੍ਰਹਿਣ ਕੋ ਰਿਲੀਜ਼ ਕੀਆ ਗਿਆ। ਇਸ ਮੌਕੇ ਪਰ ਉਨ੍ਹਾਂ ਨੇ ਇਸ ਕਿਤਾਬ ਕੀ ਵਿਸ਼ੇਸ਼ਤਾਓਂ ਕੇ ਬਾਰੇ ਮੇਂ ਦਰਸ਼ਕੋਂ ਕੋ ਵਿਸਤਾਰਪੂਰਵਕ ਜਾਣਕਾਰੀ ਵੀ ਦੀ ਔਰ ਕਿਨਰੋ ਕੀ ਜ਼ਿੰਦਗੀ ਸੇ ਜੁੜੀ ਕੁਝ ਬਾਤੋਂ ਪਰ ਰੋਸ਼ਨੀ ਵੀ ਡਾਲੀ। ਇੱਥੇ ਹੀ ਗੱਲ ਖਤਮ ਨਹੀਂ ਹੁੰਦੀ। ਦੇਖੇ ਪਰਿਵਾਰ 'ਚ ਪੈਦਾ ਹੁੰਦਾ, ਦੋਨੇ ਚੰਗੇ ਅਫਸਰ ਨੇ, ਅੰਗਰੇਜ਼ੀ ਜਾਣਦਾ ਹੈ, ਦਿੱਲੀ 'ਚ ਬਹਿੰਦਾ ਹੈ, ਲੜਾਈ ਕਰ ਰਿਹਾ ਕਿਸੇ ਨੌਕਰ ਘਰ ਦਾ, ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ 4 ਕਿਤਾਬਾਂ ਪੜ੍ਹੀਆਂ ਨੇ, 3 ਨਾ ਰਹੇ, ਹੁਣ ਇਸ ਉਮਰ 'ਚ ਆ ਕੇ ਫਿਰ ਇੱਕ ਵਾਰ ਮਹਿਸੂਸ ਕਰਦਾ ਕਿ ਮੈਂ ਮੇਰੇ ਸਾਹਿਤਕ ਸਫ਼ਰ ਦੇ ਵਿੱਚ ਅੱਜ ਇਹ ਮੇਰੇ ਚੌਥੀ ਕਿਤਾਬ ਆਦਮ ਗ੍ਰਹਿਣ ਰਿਲੀਜ਼ ਹੋਈ ਹੈ ਸਟੂਡੈਂਟ ਹੋਮ PAU ਲੁਧਿਆਣਾ ਵਿਖੇ, ਮੇਰੀ ਆਪਦੀ ਯੂਨੀਵਰਸਿਟੀ ਜਿੱਥੇ ਮੈਂ ਪੜ੍ਹੀ ਹਾਂ। ਸਭ ਤੋਂ ਪਹਿਲਾਂ ਮੇਰੀ ਪਰੀਆਂ ਸੰਘ ਪ੍ਰਵਾਸ ਕਹਾਣੀਆਂ ਦੀ ਕਿਤਾਬ 2016 'ਚ ਆਈ ਸੀ, ਅਤੇ ਉਸ ਤੋਂ ਬਾਅਦ ਕਹਾਣੀ ਤੋਂ ਨਾਵਲ ਤੱਕ ਦਾ ਸਫ਼ਰ ਮੈਂ ਸਾਲ ਕੁ ਦੇ ਵਿੱਚ ਤੈਅ ਕੀਤਾ, 2017 'ਚ, 2018 'ਚ ਅਤੇ ਹੁਣ 2019 'ਚ ਤੀਸਰਾ ਨਾਵਲ ਹੈ ਆਦਮ ਗ੍ਰਹਿਣ। ਇਹ ਥਰਡ ਜੈਂਡਰ ਦੇ ਉੱਤੇ ਬੇਸਡ ਲਿਖਿਆ ਗਿਆ, ਕਿਉਂਕਿ ਜਦੋਂ ਮੈਂ ਵੈਸਟਰਨ ਕੰਟਰੀ 'ਚ ਉੱਥੇ ਕੈਨੇਡਾ ਰਹਿੰਦੀ ਹਾਂ, ਮੈਂ ਦੇਖਦੀ ਹਾਂ ਕਿ ਲੋਕ ਜਿਹੜੇ ਉੱਥੇ ਥਰਡ ਜੈਂਡਰ ਨੇ ਇਸ ਵਰਗ ਨੂੰ ਬੜਾ ਮਾਣ ਸਤਿਕਾਰ ਦਿੰਦੇ ਨੇ, ਅਤੇ ਉਹਨਾਂ ਨੂੰ ਬਰਾਬਰਤਾ ਦਾ ਹੱਕ ਹੈ, ਉਹ ਸਾਰੇ ਤਰ੍ਹਾਂ ਦੇ ਕਾਰੋਬਾਰਾਂ ਵਿੱਚ, ਨੌਕਰੀਆਂ ਵਿੱਚ ਉਹਨਾਂ ਦਾ ਬਰਾਬਰ ਸਥਾਨ ਹੈ। ਪਰ ਜਦੋਂ ਮੈਂ ਦੇਸ਼ ਪਰਤਦੀ ਹਾਂ ਤਾਂ ਸਾਡੇ ਸਮਾਜ ਵੱਲੋਂ ਧਰਕਾਰੇ, ਮਿੱਟੀ ਦੇ ਬਾਵੇ ਇਹ ਬਹੁਤ ਹੀ ਤਿਰਸਕਾਰ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਅਤੇ ਮੇਰੇ ਅੰਦਰ ਇੱਕ ਚੀਜ਼ ਜੀ ਉੱਠਦੀ ਹੈ, ਅਤੇ ਮੇਰਾ ਲੱਗਦਾ ਕਿ ਕਲਮਾਂ ਦਾ ਫਰਜ਼ ਬਣਦਾ ਕਿ ਇਹੋ ਜਿਹੇ ਮੁੱਦਿਆਂ ਨੂੰ ਉਠਾਇਆ ਜਾਵੇ, ਇਹਨਾਂ ਦੀ ਗੱਲ ਕੀਤੀ ਜਾਵੇ, ਤਾਂ ਕਿ ਜਿਹੜੀ ਸਾਡੇ ਸਮਾਜ ਦੀ ਜਿਹੜੀ ਸਦੀਆਂ ਪੁਰਾਣੀ ਸੋਚ ਆ ਉਹਨੂੰ ਅਸੀਂ ਬਦਲ ਸਕੀਏ। ਵਿਸ਼ਾ ਬੜਾ ਚੈਲੇਂਜਿੰਗ ਸੀ, ਕਿਉਂਕਿ ਹੰਡਾਏ ਤੋਂ ਬਿਨਾਂ ਲਿਖਣਾ ਕਾਫੀ ਔਖਾ ਹੁੰਦਾ, ਪਰ ਮੈਂ ਥੋੜ੍ਹੀ ਬਹੁਤੀ ਰਿਸਰਚ ਕਰਕੇ, ਇਹਨਾਂ ਨੂੰ ਮਿਲ ਕੇ ਡੇਰਿਆਂ ਦੇ ਵਿੱਚ ਜਾ ਕੇ, ਇਹਨਾਂ ਦੀ ਅੰਦਰਲੀ ਜ਼ਿੰਦਗੀ ਦੇ ਬਾਰੇ ਗੱਲ ਕਰਕੇ, ਇਹਨਾਂ ਦੇ ਅਹਿਸਾਸਾਂ ਦੀ ਬਾਤ ਪਾਈ ਹੈ, ਇੱਕ ਖੂਬਸੂਰਤ ਕਹਾਣੀ ਦੇ ਰੂਪ ਦੇ ਵਿੱਚ ਤੁਹਾਡੇ ਲਈ ਹਾਜ਼ਰ ਆ, ਪਾਠਕਾਂ ਦੇ ਲਈ ਚੰਗਾ ਸੋਹਣਾ ਹੁੰਗਾਰਾ ਮਿਲ ਰਿਹਾ।
सिर्फ हुंगारे की किताब में लोड़ नहीं होंगी, सोच में बदलने की लड़ है। जो ये सोच से फर्क पवेगा मेरी लिखत का, उदो मैं कामयाब समझागी जी अपने आप को। लुधियाना से कैमरामैन सूरज के साथ अभिनंदन की रिपोर्ट। आज लुधियाना के डिप्टी कमिश्नर को प्रवीण डांग जी द्वारा एक मांग पत्र सौंपा गया, जिसमें कि उन्होंने 10 करोड़ की रकम पकड़े जाने पर हिसाब किताब मांगा और इस चीज़ का भी जिक्र किया कि स्कूल के बच्चों की फीस चेक राही दी जाए। 15 करोड़ ਨਾਲ ਹੀ ਇੱਕ ਮੰਗ ਇਹ ਵੀ ਹੈ ਕਿ ਸਕੂਲਾਂ ਨੂੰ ਡਾਇਰੈਕਟ ਕੀਤਾ ਜਾਵੇ ਕਿ ਕੋਈ ਵੀ ਪੈਸਾ ਕੈਸ਼ ਨਾ ਲੈ ਸਕੇ। ਪਾਦਰੀ ਸਾਹਿਬ ਨੇ ਹਾਲਾਂਕਿ ਪੁਲਿਸ ਇਹ ਕਹਿ ਰਹੀ ਸੀ ਉਹ ਪੈਸੇ ਹਵਾਲਾ ਦੇ ਨੇ, ਪਰ ਜਿਹੜੇ ਉਹ ਪਰ ਇਹਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਔਰ ਇੱਕ ਡਾਇਰੈਕਸ਼ਨ ਪੰਜਾਬ ਸਰਕਾਰ ਦੇਵੇ ਕਿ ਜਿੰਨੇ ਵੀ ਸਕੂਲ ਨੇ ਐਡਮਿਸ਼ਨਾਂ ਦਾ ਦੌਰ ਚੱਲ ਰਿਹਾ ਪੈਸੇ ਚੈੱਕ ਨਾਲ ਦਿੱਤੇ ਜਾਣ, ਤਾਂ ਕਿ ਸਕੂਲ ਜਿਹੜੇ ਇਹ ਆਪਣੀ ਆਏ ਛੁਪਾ ਕੇ ਹਰ ਸਾਲ ਫੇਰ ਚੁਣਾਵ ਦੇ ਦੌਰ 'ਚ 50,000 ਤੋਂ ਵੱਧ ਕੈਸ਼ ਲੈ ਕੇ ਕੈਰੀ ਨਹੀਂ ਕਰ, ਸਖ਼ਤ ਕਾਰਵਾਈ ਹੋਣੀ ਚਾਹੀਦੀ। ਅੱਜ ਜਾਗਰਤੀ ਸੈਨਾ ਵੱਲੋਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਮੰਗ ਪੱਤਰ ਦੇ ਰਹੇ ਹਾਂ ਮਾਰਫਤ ਡਿਪਟੀ ਕਮਿਸ਼ਨਰ ਲੁਧਿਆਣਾ, ਜਿਹੜਾ ਪਰਸੋਂ ਖੰਨਾ ਪੁਲਿਸ ਵੱਲੋਂ SSP ਧਰੁਵ ਦਹੀਆ ਜੀ ਦੀ ਅਗਵਾਈ ਦੇ ਵਿੱਚ 9,66,00,000 ਫੜਿਆ ਗਿਆ ਪਾਦਰੀ ਫਾਦਰ ਸਾਹਿਬ ਤੋਂ, ਜਿਹੜੇ ਇੱਕ ਸਮੁਦਾਇ ਨੂੰ ਰੀਪ੍ਰਜੈਂਟ ਕਰਦੇ ਨੇ। ਉਸ ਦੇ ਉੱਤੇ ਅਸੀਂ ਖੰਨਾ ਪੁਲਿਸ ਨੂੰ ਸ਼ਲਾਘਾ ਕਰਦੇ ਹਾਂ ਔਰ ਨਾਲ ਹੀ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜਿੱਦਾਂ ਜਿਨ੍ਹਾਂ ਕੋਲੋਂ ਪੈਸੇ ਫੜੇ ਗਏ ਨੇ ਉਹਨਾਂ ਦੇ ਇੱਕ ਗੁੱਟ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਪੈਸਾ ਸਕੂਲ ਦੀ ਆਏ ਨਾਲ ਸੰਬੰਧਿਤ ਆ। ਜਾਗਰਤੀ ਸੇਵਾ ਲੰਬੇ ਸਮੇਂ ਤੋਂ ਕਹਿ ਰਹੀ ਹੈ ਔਰ ਕਾਨੂੰਨ ਵੀ ਬਣਿਆ ਮਾਰਫਤ ਹਾਈਕੋਰਟ ਦੇ ਕਿ ਸਕੂਲ ਆਪਣੀ ਆਏ ਡਿਵੀਜ਼ਨਲ ਕਮਿਸ਼ਨਰ ਨੂੰ ਦਿਆ ਕਰਨ, ਅਗਰ ਉਹਨਾਂ ਕੋਲ ਸਰਪਲਸ ਫੰਡ ਹੈ ਉਹ ਫੀਸ ਕਿਸੇ ਤਰ੍ਹਾਂ ਦੀ ਨਹੀਂ ਵਧਾ ਸਕਦੇ। ਸਾਡੀ ਇਹ ਗੱਲ ਸਾਬਤ ਹੋਈ ਹੈ ਕਿ ਸਕੂਲਾਂ ਕੋਲ ਕਰੋੜਾਂ ਰੁਪਏ ਨੇ, ਉਹਦੇ ਬਾਵਜੂਦ ਉਹ ਹਰ ਸਾਲ ਫੀਸਾਂ ਵਧਾ ਕੇ ਬੱਚਿਆਂ ਦੇ ਉੱਤੇ ਅਨਾਵਸ਼ਕ ਬੋਝ ਪਾਉਂਦੇ ਨੇ। ਅੱਜ ਅਸੀਂ ਮੰਗ ਪੱਤਰ ਦੇ ਮਾਧਿਅਮ ਨਾਲ ਇਹ ਡਿਮਾਂਡ ਰੱਖੀ ਹੈ ਕਿ ਐਡਮਿਸ਼ਨਾਂ ਦਾ ਦੌਰ ਚੱਲਦਾ ਪਿਆ, ਸਕੂਲਾਂ ਨੂੰ ਡਾਇਰੈਕਸ਼ਨ ਦੇ ਕੇ ਉਹਨਾਂ ਨੂੰ ਆਰਡਰ ਕੀਤਾ ਜਾਵੇ ਕਿ ਬੱਚਿਆਂ ਦੀ ਫੀਸ ਉਹ ਚੈੱਕ ਦੇ ਨਾਲ ਲੈਣ, ਤਾਂ ਕਿ ਉਹਨਾਂ ਦਾ ਰਿਕਾਰਡ ਲੋਕਾਂ ਤੱਕ ਪਹੁੰਚ ਸਕੇ ਜੋ ਕਾਨੂੰਨ ਬਣਿਆ ਉਹਦੇ ਮੁਤਾਬਕ। ਦੂਸਰੀ ਗੱਲ, ਉਹਨਾਂ ਨੇ ਜਾਂਚ ਦੀ ਦਿਸ਼ਾ ਘੁਮਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿ ਕੇ ਕਿ ਸਾਡੇ ਕੋਲ 15 ਕਰੋੜ ਸੀ, ਸ਼ੋਅ ਪੁਲਿਸ ਨੇ 9,66,00,000 ਕੀਤਾ। ਇਹ ਜਿਹੜੇ ਦੋਸ਼ੀ ਲੋਕ ਨੇ ਹਮੇਸ਼ਾ ਉਲਝਾਉਣਾ ਚਾਹੁੰਦੇ ਨੇ ਔਰ ਇਹ ਜਿਹੜਾ ਪੈਸਾ ਵੈ ਚਾਹੇ ਸਕੂਲ ਦਾ ਜਾਂ ਧਰਮ ਪਰਿਵਰਤਨ ਲਈ ਆਇਆ ਜਾਂ ਚੁਣਾਵਾਂ ਨੂੰ ਪ੍ਰਭਾਵਿਤ ਕਰਨ ਆਇਆ, ਇਹ ਉੱਚ ਪੱਧਰੀ ਇਹਦੇ 'ਤੇ ਇਨਕੁਆਇਰੀ ਹੋਣੀ ਚਾਹੀਦੀ ਆ। ਅਸੀਂ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਕਿੱਦਾਂ ਅਲਗਾਵਾਦੀ ਲੋਕਾਂ ਨੂੰ ਕਰੋੜਾਂ ਅਰਬਾਂ ਰੁਪਈਆ ਦੇਸ਼ ਦੇ ਹਾਲਾਤ ਖਰਾਬ ਕਰਨ ਲਈ ਆਉਂਦੇ ਸੀ, ਇਹ ਪੈਸੇ ਵੀ ਉਸੇ ਕੜੀ ਦੇ ਵਿੱਚ ਹੋ ਸਕਦੇ ਨੇ। ਇਹਨਾਂ ਲੋਕਾਂ ਨਾਲ ਕੋਈ ਰਿਆਇਤ ਨਹੀਂ ਬਖਸ਼ਣੀ ਚਾਹੀਦੀ ਔਰ ਇਹਨਾਂ ਦੇ ਉੱਤੇ 53A ਦਾ ਪਰਚਾ ਵੀ ਨਾਲ ਹੋਣਾ ਚਾਹੀਦਾ। ਚੁਣਾਵ ਦਾ ਦੌਰ ਹੈ, 50,000 ਤੋਂ ਵੱਧ ਕੋਈ ਰੱਖ ਨਹੀਂ ਸਕਦਾ ਕੈਸ਼, ਇਹ 9,66,00,000 ਕਿੱਦਾਂ ਰੱਖੀ ਬੈਠੇ ਨੇ। ਸਾਡੀ ਮੰਗ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਐਸੇ ਲੋਕਾਂ ਦੇ ਉੱਤੇ ਜਿਹੜੇ ਦੇਸ਼ ਦੀ ਅਰਥ ਵਿਵਸਥਾ ਨਾਲ ਖਿਲਵਾੜ ਕਰਦੇ ਨੇ ਔਰ ਇਨਕਮ ਟੈਕਸ ਤੋਂ ਚੋਰੀ ਕਰਦੇ ਨੇ। ED ਨੂੰ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਲੁਧਿਆਣਾ ਸੇ ਕੈਮਰਾਮੈਨ ਸੂਰਜ ਕੇ ਸਾਥ ਅਭਿਨੰਦਨ ਕੀ ਰਿਪੋਰਟ। ਅੱਜ ਲੁਧਿਆਣਾ ਮੇਂ ਪੰਜਾਬ ਏਕਤਾ ਪਾਰਟੀ ਯੂਥ ਵਿੰਗ ਕੀ ਤਰਫ ਸੇ ਇੱਕ ਪ੍ਰੈਸ ਕਾਨਫਰੰਸ ਕਾ ਆਯੋਜਨ ਕੀਆ ਗਿਆ। ਇਸ ਮੌਕੇ ਪਰ ਅਕਾਲੀ ਦਲ ਕੇ ਸਭੀ ਵਰਿਸ਼ਟ ਯੁਵਾ ਨੇਤਾ ਵਿਸ਼ੇਸ਼ ਰੂਪ ਸੇ ਹਾਜ਼ਰ ਹੋਏ। ਆਈਏ ਜਾਣਦੇ ਹਾਂ ਕਿ ਕਿਨ ਕਿਨ ਮੁੱਦੋ ਕੋ ਲੇਕਰ ਵਿਚਾਰ ਵਿਮਰਸ਼ ਕੀਆ ਗਿਆ। ਜਿਹੜੀ ਸੰਸਥਾ ਨੇ ਸਾਨੂੰ ਸੇਧ ਦੇਣੀ ਹੁੰਦੀ ਆ ਉੱਥੇ ਅੱਜ ਵੱਡੇ ਵੱਡੇ ਸਿੰਘ ਖਹਿਰਾ ਉੱਥੇ ਗਏ ਨੇ, ਉਹਨਾਂ ਨੇ ਇਹਦੇ ਜੋ ਰੀਅਲ ਫੈਕਟਸ ਹੋਰ ਵੀ ਨੇ ਉਹ ਅਸੀਂ ਸਾਰੀ ਪੰਜਾਬ ਭਰ ਦੇ ਵਿੱਚ ਜੋ ਵੀ ਸਾਨੂੰ ਪ੍ਰੋਗਰਾਮ ਮਿਲੂਗਾ ਅਸੀਂ ਨਾਲ ਆਵਾਂਗੇ। ਸ਼ੁਰੂ ਕੀਤਾ ਵਿਰੋਧ ਹੋਇਆ ਉਹ ਸੇਵਾ ਭਾਵਨਾ ਦੇ ਨਾਲ ਜੇ ਆਏ ਹੁੰਦੇ ਤਾਂ ਆਪਾਂ ਬੇਸਬਾਲ ਬੈਟ ਲੈ ਕੇ ਖੜੇ ਹਾਂ, ਪਰ ਆਪਾਂ ਉਹ SGPC ਕਿਉਂਕਿ ਹੁਣ ਇਹਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਾਰਾ ਕਰੋੜਾਂ ਰੁਪਈਆ ਉਹਨਾਂ 'ਤੇ ਪਾਇਆ ਕਿ ਤੁਸੀਂ ਕਹੋ ਕਿ ਮੈਂ ਇਹਦੀ। ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਆ ਜੀ, ਪੰਜਾਬ ਏਕਤਾ ਪਾਰਟੀ ਵੱਲੋਂ ਯੂਥ ਵਿੰਗ ਅਸੀਂ ਕਰ ਰਹੇ ਹਾਂ। ਇਹ ਹੈਗੀ ਜੀ ਤਰਨ ਤਰਨ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਤੁਹਾਈ ਗਈ ਹੈ ਔਰ ਕਾਰ ਸੇਵਾ ਦੇ ਨਾਂ 'ਤੇ, ਕਿਉਂਕਿ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਸੀਂ ਉਹਨਾਂ ਤੋਂ ਅਸਤੀਫਾ ਮੰਗਦੇ ਹਾਂ ਕਿਉਂਕਿ ਉਹਨਾਂ ਨੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਉਹਨਾਂ ਨੇ ਕਾਰ ਸੇਵਾ ਵਾਲਿਆਂ ਨੂੰ ਆਥੋਰਾਈਜ਼ ਕੀਤਾ ਕਿ ਤੁਸੀਂ ਜਾ ਕੇ ਦਰਸ਼ਨ ਡਿਊਟੀ ਢਾਓ ਔਰ ਉਹ ਇੱਕ ਵੱਡੇ ਗੈਂਗ ਇੱਕ ਫੋਰਸ ਦੀ ਤਰ੍ਹਾਂ ਨਾ 150-200 ਬੰਦਾ ਉੱਥੇ ਰਾਤ ਨੂੰ 12 ਵਜੇ ਸੇਵਾ ਆਪਾਂ ਦਿਨੇ ਕਰਦੇ ਹਾਂ। ਰਾਤ ਨੂੰ ਕਿਹੜੀ ਸੇਵਾ ਹੋਈ, ਰਾਤ ਨੂੰ 150-200 ਬੰਦਾ ਹਥਿਆਰ ਲੈ ਕੇ, ਕੋਲੇ ਕਿਰਪਾਨਾਂ ਵੀ ਸੀਗੀਆਂ ਜੀ, ਕੋਲੇ ਉਹਨਾਂ ਦੇ ਬੇਸਬਾਲ ਬੈਟ ਵੀ ਸੀਗੇ। ਰਾਤ ਨੂੰ ਜਦੋਂ ਢਾਉਣਾ ਸ਼ੁਰੂ ਕੀਤਾ ਤਾਂ ਜਦੋਂ ਉਹਦਾ ਵਿਰੋਧ ਕੀਤਾ ਲੋਕਲਾਈਟਸ ਨੇ ਉੱਥੋਂ ਦੀ ਸੰਗਤ ਨੇ, ਤਾਂ ਉਹਨਾਂ ਨੇ 2 ਮੁੰਡਿਆਂ ਦੇ ਸੱਟਾਂ ਵੀ ਮਾਰੀਆਂ, ਬੇਸਬਾਲਾਂ ਦੇ ਨਾਲ ਕੁੱਟੇ ਨੇ ਉਹ, ਕਿਉਂਕਿ ਇਹ ਜੀ ਕਰੋੜਾਂ ਦਾ ਮਾਮਲਾ ਕਿ ਅੱਜ ਤੁਸੀਂ ਕਾਰ ਸੇਵਾ ਦੇ ਨਾਂ 'ਤੇ ਉੱਥੇ ਕੰਮ ਸ਼ੁਰੂ ਕਰ ਲਓ, 2-3 ਸਾਲ ਕੰਮ ਕਰੋ, ਉੱਥੇ ਤੁਹਾਨੂੰ ਡਾਲਰਾਂ ਦੇ ਵਿੱਚ ਫੰਡ ਆਉਣੇ ਨੇ।
ਸੋ ਸਾਰਾ ਮਾਮਲਾ ਇਹ ਹੈ ਜੀ। ਔਰ ਅਸੀਂ ਅਸਤੀਫਾ ਮੰਗਦੇ ਹਾਂ ਪ੍ਰਧਾਨ ਜੀ ਦਾ। ਅੱਜ ਉਹ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ, ਉਹਨਾਂ ਨੇ ਬਲੀ ਦਾ ਬੱਕਰਾ ਬਣਾ ਰਹੇ ਨੇ ਜੀ ਤਰਨ ਤਾਰਨ ਸਾਹਿਬ ਦੇ ਗੁਰੂ ਘਰ ਦੇ ਮੈਨੇਜਰ ਨੂੰ, ਪਰ ਜਦਕਿ ਮੈਨੇਜਰ ਐਡਾ ਵੱਡਾ ਫੈਸਲਾ ਨਹੀਂ ਲੈ ਸਕਦਾ। ਲੁਧਿਆਣਾ ਸੇ ਕੈਮਰਾਮੈਨ ਵਿਪਨ ਕੇ ਸਾਥ ਅਭਿਨੰਦਨ ਕੀ ਰਿਪੋਰਟ। ਆਜ ਲੁਧਿਆਣਾ ਕੇ ਗ੍ਰੈਂਡ ਵਾਕ ਮੇਂ ਨੈਟ ਪਲਸ ਬ੍ਰੌਡਬੈਂਡ ਕੇ ਸਭੀ ਸਦਸਯੋਂ ਦੁਆਰਾ ਇੱਕ ਮੀਟਿੰਗ ਕਾ ਆਯੋਜਨ ਕੀਆ ਗਿਆ, ਜਿਸ ਮੇਂ ਕਿ ਨੈਟ ਪਲਸ ਬ੍ਰੌਡਬੈਂਡ ਕੀ ਅਨਲਿਮਿਟਿਡ ਸਕੀਮ ਕੇ ਪੈਕ ਕਾ ਪ੍ਰਾਈਸ ਕਮ ਕੀਆ ਗਿਆ। ਆਯੋਜਕੋ ਕਾ ਕਹਿਣਾ ਹੈ ਕਿ ਆਨੇ ਵਾਲੇ ਸਮੇਂ ਮੇਂ ਲੋਗੋਂ ਕੋ ਬਹੁਤ ਹੀ ਕਮ ਨਿਸ਼ੁਲਕ ਮੇਂ ਬਿਹਤਰ ਸਰਵਿਸਿਜ਼ ਪ੍ਰਦਾਨ ਕੀ ਜਾਏਗੀ। सर्विस हो या आगे जाकर घरों की सिक्योरिटी और घरों के जितने डिवाइस यूज होते हैं, तो 2 MB की स्पीड भी नहीं मिलती। तो ऐसा एक माहौल बना हुआ है इंटरनेट के अराउंड। क्रोर एक्टिव यूजर्स हैं, ये काउंट वर्ल्ड का सेकंड हाईएस्ट है। साइट्स पर जा रहे हैं, उसमें भी बहुत टाइम लग रहा है, वो सारा भी इंटरनेट के थ्रू ही हो रहा है। उसमें 90% इंटरनेट का हिस्सा है इंडिया में, कि हर आदमी तकरीबन ऑन एन एवरेज उसकी ज़रूरत है। ये एक अनलिमिटेड पैकेज का प्लान है, जिसमें जो ज़्यादा कंपनीज जो हैं ये चीज़ नहीं देती हैं मार्केट में, और अगर देती भी हैं तो बहुत ही लो स्पीड पे देती हैं। हम ये चीज़ जो अनलिमिटेड डाटा कंजम्पशन हाई स्पीड पे दे रहे हैं, 50 MBPS पे, 100 MBPS पे, जिसमें डाटा की कंजम्पशन बहुत होती है, तो इसमें भी हमने ये एक स्टेप फॉरवर्ड किया है, जिसमें लोगों को ये चीज़ पसंद भी आएगी और उनका जो स्ट्रीमिंग का एक्सपीरियंस है वो भी बहुत अच्छा रहेगा। आज बहुत ही क्रांतिकारी स्टेप लिया है हमने इंटरनेट की दुनिया में। नेट प्लस ब्रॉडबैंड जो पंजाब में सबसे तेज़ी से ग्रो होने वाली इंटरनेट कंपनी है, करीबन 2.5 साल पहले हमने सर्विसेज शुरू की थी, और उसी वक्त से जब 2 MB 4 MB की स्पीड मार्केट में कस्टमर को मिलती थी, हमने ये डिसाइड किया कि 50 MB और उससे अधिक का एक्सपीरियंस हम कस्टमर्स को देंगे, और उसी वजह से पिछले 2.5 साल में बहुत तेज़ी से ग्रोथ हुई है। कस्टमर का हमें बहुत अच्छा रिस्पॉन्स मिला है और करीबन 1.5 लाख सब्सक्राइबर हमारे साथ जुड़े हैं। हम लोग हमेशा ये इवैल्यूएट करते रहे हैं कि कस्टमर्स को क्या चाहिए, तो आजकल जिस तरह के रिक्वायरमेंट है, कस्टमर एक तो ये चाहता है कि स्पीड बहुत ज़्यादा हो, दूसरी कस्टमर की रिक्वायरमेंट होती है कि जिस तरह की एप्लीकेशंस अब आ रही हैं, बहुत सारा डेटा चाहिए। तकरीबन 4 घंटे एवरेज यूसेज है डेटा की हर हिंदुस्तानी की, तो अगर इस तरह की यूसेज को फुलफ़िल करना है तो एक अनलिमिटेड डेटा जैसी ऑफ़र कस्टमर हमेशा चाहता है। पर चूंकि अफोर्डेबिलिटी का एंगल आता है, प्राइस उतनी नहीं अफोर्ड कर सकते, तो इसलिए कहीं ना कहीं ये बात बीच में रह जाती थी। आज हमने ये सारे बैरियर्स तोड़ दिए हैं, बहुत हाई स्पीड इंटरनेट, वो भी ट्रूली अनलिमिटेड, यानी कोई बंदिश नहीं है डेटा की, जितनी देर तक आप चाहें यूज़ करें, जो कंटेंट जब तक देखना चाहें देखें, और साथ के साथ मात्र 599 रुपये में 50 MB अनलिमिटेड प्लान हमने लॉन्च किया है। इसके अलावा 75 MB, 100 MB, 150, 200, 250 और इस तरह जितनी कस्टमर को स्पीड चाहिए वो अवेलेबल है। हम 1000 MB तक की स्पीड्स देते हैं, जो हिंदुस्तान में एकमात्र कंपनी ऐसा कर रही है। तो बहुत ही क्रांतिकारी स्टेप हमने लिया है, और मुझे पूरी उम्मीद है कि सारे उपभोक्ताओं को, चाहे पंजाब, हरियाणा, हिमाचल या जो भी 8-9 स्टेट्स जहाँ हमारी सर्विसेज हैं, सबको ये बात पसंद आएगी और वो बढ़ चढ़ के इन सर्विसेज को सब्सक्राइब करेंगे, और जो हमारा ऑब्जेक्टिव है कि उनको बेस्ट एक्सपीरियंस दें वर्ल्ड में, जहाँ भी कोई सर्विस का एक्सपीरियंस होता है उससे बेहतर एक्सपीरियंस और उससे कम कीमत में दें, वो हम लोग इससे अचीव करना चाहते हैं। लुधियाना से कैमरन विपन के साथ अभिनंदन की रिपोर्ट। श्री सकल संघ की तरफ से महावीर जयंती सुंदर नगर स्थित जैन स्थानक में बड़ी ही धूमधाम से मनाई जाएगी। इस मौके पर महाराज साहिब ने आत्मा चैनल की टीम को क्या जानकारी दी, ये जानते हैं। श्री अचल मुनि जी महाराज साहब समाज सेक्टर 45 के पदाधिकारी ये विनती करने आए हैं कि महाराज साहब आपकी बिहार वहाँ हमारे सेक्टर 39 सेक्टर को चंडीगढ़ रोड अर्बन एस्टेट के सभी निवासी आपके वहाँ पधारने की विनती करने आए हैं कि आप अपने आगमन के अंदर से पावन विनती करने आए हैं। महाराज श्री जी आप हमारी विनती के ऊपर जरूर गौर करेंगे, ऐसी हम सब की बोलिए। भगवान महावीर स्वामी की। आचार्य सम्राट पूज्यपाद श्री आत्माराम जी महाराज की। परम घोर तपस्वी स्वामी श्री निहालचंद जी महाराज की। उत्तर भारतीय प्रवर्तक पूज्य गुरुदेव श्री शांति स्वरूप जी महाराज की।
श्रवण संघ के भीष्म पितामह पूज्य गुरुदेव श्री सुमति प्रकाश जी महाराज की। हाँ, आज हम लुधियाना के सुंदर नगर के अंदर जैन स्थानक के अंदर और हम यहाँ पर दो संतों का यहाँ पर पदार्पण हुआ है और सुबह 8:30 से 9:30 तक और प्रवचन का कार्यक्रम यहाँ पर क्या करेगा रहेगा कल परसों और 3 दिन तक और प्रभु परमात्मा महावीर की अमृत देशना और इस सुंदर नगर के जैन स्थानक के अंदर बहेगी और सभी लुधियाना निवासी भाई और बहनें और अधिक से अधिक 8:30 जैन स्थानक में पधारकर और गुरु दर्शन और प्रवचनों का लाभ लेने का क्या करेंगे प्रयत्न करेंगे। लुधियाना से कैमरा विपन के साथ अभिनंदन की रिपोर्ट। आज पटियाला जिला में अकाली दल के सीनियर अशोक कुमार बांसल जी की तरफ से एक प्रोग्राम का आयोजन किया गया जहां सुरजीत सिंह रखड़ विशेष रूप से हाजिर हुए और सभी संगतों की तरफ से उन्हें सम्मानित भी किया गया। एक चीज दसो जी मुख्यमंत्री साहब ने उन्होंने लिखा है धरता नौकरी दे एक नौकरी दस लगी हो उन्होंने लिखा सारा कर्जा माफ कर करजे वाली गल नहीं कहते 2500 रुपया पेंशन दे वो भी देख लो जिन्हें टीचर की तनखा 50,000 थी उन्होंने 15,000 तनखा कर सीवरेज तो गले बहुत बड़ी है उधर तो सीएम साहब जानते ही नहीं कि कोई कम भी करना है डिवेलपमेंट करनी है या कुछ होर करना एक कम दस दो कितने हो दो साल के एक कोई कम हो 900 करोड़ रुपया वर्ल्ड बैंक का वाटर सैनिटेशन पाया हाले उसे एक पैसा भी नहीं आराम जे लोगों जाओगे तो लोगों की प्रॉब्लम का पता जो लोग जाना नहीं है लोगों तो क्योंकि लोगों के नहीं जाते हैं बादशाह सभी दर्शन करते कल कल बंदे पूछते की लोड है की जरूरत है की कर साली आगू जो अड्डो हुए हैं उन्होंने बारे की कहना चाहोगे जो सारे पंजाब बागी हुए हैं। देखो ये तो हमेशा होंदा आया है जे बंदे नूं कोई थोड़ी बहुत कोई दिक्कत होवे बंदे अड्ड हो जाते हैं बड़े बड़े बंदे भी अड्ड होंदे आए ने पर इहदे नाल कोई लम्मा चौड़ा कोई पार्टी नूं फर्क नहीं पैंदा कल तां पार्टी नहीं होंदी जिहड़ियां पार्टियां ने कम करदियां ने कई बंदे रलदे ने कई बंदे हुण तुसीं देखोगे अज्ज इहनां दिनां दे विच किड्डे किड्डे बंदे ज्वाइन करनगे श्रोमणी अकाली दल ते भारतीय जनता पार्टी च बहुत बंदे ज्वाइन कर कांग्रेस भी कह रही है कि असीं 13 दियां 13 सीटां विन करांगे आप भी कह रही है अकाली दल किस तरह जज कर लो। देखो करनी परमात्मा ने मैं ते रब दा बैर तुसीं आप सर्वे कर रहे हो भी किन्ना ट्रेंड चेंज हो रहा किन्ना ट्रेंड चेंज हो रहा कल मैं डेरावसी गया उत्थे एवें पुछण लग गया सी 70% लोगों ने कहा कि जी मोदी साहब नाल 70% लोगों ने सो लोगों का ट्रेंड ईमानदारी प्रति बहुत बढ़ रही मोदी साहब ने 5 साल मोदी साहब ने वादा कोई नहीं पूरा किया जी 15 लाख रुपया कोई नहीं आया कोई वादा नहीं पूरा होया हर चीज़ में टाइम लगता होंगे तुसी देखो एक चीज़ दस दो मैनू कि जो कम अगे कांग्रेस के साहब ने 60 साल राज किया कि तुम स्कूटर मिलता सी जाके तुम सीमेंट मिलता सी तुम सिलेंडर मिलता सी आप लाइना च लग लग के ब्लैक च लेंगे ट्रैक्टर की जी 10,000 कीमत 12,000 रुपया ब्लैक थी अज कार एजेंसी चले जाओ सिलेंडर हर चीज ब्लैक मिलती हर चीज ब्लैक मिलती अज कोई चीज नहीं ब्लैक मिलती मर्जी कर ली पर जी ईमानदारी मोदी साहब ने कम किया है मैं तेन विश्वास ना कहना जो आने वाले 5 साल के हिंदुस्तान जो अमरीका ना अगर ना लंघे तो मेरा नाम उठा दे दादी हम पूरा भजया हुआ उन्होंने पता है भी वो पिछे बहुत माड़ी है अज उन्हू अपनी आप अपनी सीट से विश्वास नहीं है अपनी सरकार की बहुत बड़ी गल है कि उन्होंने अपनी सीट से विश्वास नहीं कि मैं जितूंगा या ना जितूंगा ईरानी स्मृति ने 5 साल काम किया उसे पिछली बार हार के राजेश बजाज की रिपोर्ट। आचार्य भगवंत महाश्रमण जी के अग्रवर्ती प्रवचन भास्कर आचार्य श्री विजय मुनि जी महाराज साहिब लुधियाना के इकबालगंज चौक से तेरापंथी जैन भवन में विराजमान है। इस मौके पर महाराज साहब ने प्रवचन एवं पाठ से भक्तों को संबोधित भी किया। आ, 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 आ,
आजाद केले का प्रत्याख्यान है। वसीयत में लिखा कि जब मेरी अर्थी जाए तो मेरे दोनों हाथ अर्थी के अंदर नहीं अर्थी के बाहर हो, खुले हो, लोग जान सके कि सिकंदर भी आया, वे भी खाली हाथ गया। आप सोचिए, पर हम क्या सोचते हैं, सिकंदर के तो बात लग गई थी, लग गई, क्या आपके भी लगी है कहीं थोड़ी बहुत? नहीं लगी है तो कोशिश करो कि बात मेरे हमारे भी लगे। जाना है, ये जानते हो, जानने के बावजूद भी क्या कभी आपने इस बारे में चिंतन किया कि मैं जिंदगी मिली है उस जिंदगी का लाभ कैसे लूं? ठीक है, आपको धंधा भी करना है, परिवार का पोषण भी करना है, समाज का पोषण भी करना है और देश का भी पोषण करना है, उसके अलावा क्या करना है? ये सारी चीज़ें तो आप जानते हो, उसके अलावा खुद का भी पोषण करना है, परिवार, समाज, देश, एक नंबर में नहीं है, दो नंबर में है, पहला है खुद का। लुधियाना से कैमरामैन बलविंदर के साथ अभिनंदन की रिपोर्ट। आज के समाचार बस यहीं तक, मैं अभिनंदन कल फिर हाजिर रहूँगा कुछ और धार्मिक व सामाजिक समाचारों के साथ। आप उन्हें देखते रहिए और बने रहिए आत्मा चैनल के साथ। जय जय।